ਦੇਖੋ ਕਿੰਨੀ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਸ਼ੈਲਰ ਵੀਰ ਹੈਗੇ, ਵਪਾਰੀ ਹੈਗੇ, ਉਹ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਇਕਨੋਮੀ ਵਿੱਚ ਪਾਉਂਦੇ ਨੇ। ਅੱਜ ਸਾਰੇ ਸ਼ੈਲਰ ਬੰਦ ਪਏ ਨੇ, ਇਹ ਬੰਦ ਕਿਉਂ ਪਏ ਨੇ? ਇਹ ਉਸ ਮੁੱਖ ਮੰਤਰੀ ਨੂੰ ਪੁੱਛਿਆ ਜਿਹੜੀ ਛੁੱਟੀ ਮਨਾਉਣ ਵਾਸਤੇ ਆਂਧਰਾ ਪ੍ਰਦੇਸ਼ ਬੈਠਿਆ ਹੋਇਆ, ਆਪਣਾ ਵਿਪਾਸਨਾ ਉੱਥੇ ਕਰ ਰਿਹਾ ਹੈਗਾ, ਇੱਥੇ ਲੋਕਾਂ ਦੀ ਤਕਲੀਫਾਂ ਸੁਣਨ ਦੇ ਬਜਾਏ। ਇਹ ਸ਼ੈਲਰ ਨੂੰ ਜਿਹੜੀ ਉਹ ਮਿਕਸਿੰਗ ਹੁੰਦੀ ਹੈ, ਜਿਹਦੇ ਵਾਸਤੇ ਇਹਨਾਂ ਨੂੰ ਨਵੰਬਰ ਦੇ ਮਹੀਨੇ 'ਚ ਅਪਲਾਈ ਕਰਕੇ ਕੇਂਦਰ ਤੋਂ ਮਨਜ਼ੂਰੀਆਂ ਲੈਣੀ ਹੁੰਦੀਆਂ ਨੇ, ਅੱਜ ਜਨਵਰੀ ਦੇ ਆ ਕੇ ਆਪਾਂ ਅੱਧਾ ਜਨਵਰੀ ਲੰਘ ਗਿਆ, ਦਸੰਬਰ ਦਾ ਮਹੀਨਾ ਲੱਗ ਗਿਆ, ਅੱਧਾ ਜਨਵਰੀ ਲੱਗ ਗਿਆ, 31 ਮਾਰਚ ਤਾਈਂ ਡੇਟ ਹੁੰਦੀ ਹੈ, ਲੇਕਿਨ ਇਹਨੇ ਹੁਣ ਤਾਈਂ ਮਨਜ਼ੂਰੀ ਲੈਣ ਦਾ ਕੰਮ ਸ਼ੁਰੂ ਤੱਕ ਨਹੀਂ ਕੀਤਾ ਹੈ, ਤੇ ਸਾਰੇ ਸ਼ੈਲਰ ਮਾਲ ਲੈ ਕੇ ਸਭ ਬੰਦ ਪਏ ਨੇ, ਕੋਈ ਆਪਣਾ ਕੰਮ, ਇਹਨਾਂ ਦਾ ਵੀ ਆਮਦਨ ਮਾਰੀ ਗਈ, ਇਹਨਾਂ ਦੇ ਉੱਥੇ ਜਿਹੜੇ ਮਜ਼ਦੂਰ ਪਤਾ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੀ ਮਜ਼ਦੂਰੀ ਕਰਦੇ ਨੇ, ਉਹ ਵੀ ਵਿਹਲੇ ਬੈਠੇ ਹੋਏ ਨੇ, ਤੇ ਪੰਜਾਬ ਦੇ ਹਾਲਾਤ ਕੀ ਬਣਨਗੇ ਜੇ ਮੁੱਖ ਮੰਤਰੀ, ਇੱਕ ਤਾਂ ਇਹ ਮੁੱਖ ਮੰਤਰੀ ਇੰਨਾ ਔਖੀ ਸ਼ਬਦ ਇਹਦੇ ਵਾਸਤੇ ਨੇ ਵਰਤਾ ਕਿ ਇਹਨੂੰ ਪਤਾ ਹੀ ਨਹੀਂ, ਅੱਲਾ ਕੱਕਾ ਹੀ ਨਹੀਂ ਪਤਾ ਕਿ ਸੂਬਾ ਕਿਵੇਂ ਚੱਲਦਾ ਹੈਗਾ, ਜਿਹਦੇ ਕਰਕੇ ਸੂਬੇ ਦੀ ਇੰਡਸਟਰੀ ਬਾਹਰ ਭੱਜ ਰਹੀ ਹੈ, ਹੁਣ ਇਹ ਸ਼ੈਲਰ ਵਾਲੇ ਕੀ ਕਰੇ? ਇਹ ਵੀ ਸੋਚਣਗੇ ਕਿ ਵੀ ਇੱਥੇ ਸ਼ੈਲਰ ਲਾਉਣ ਦਾ ਫਾਇਦਾ ਕੀ, ਕਿਤੇ ਹੋਰ ਲਾਈਏ ਜਿੱਥੇ ਸਰਕਾਰ ਨੂੰ ਸਰਕਾਰ ਚਲਾਉਣੀ ਆਉਂਦੀ ਹੈਗੀ। ਪੰਜਾਬ ਦੇ ਲੋਕੀ ਪੰਜਾਬ ਛੱਡ ਕੇ ਭੱਜ ਰਹੇ, ਨੌਜਵਾਨ ਛੱਡ ਕੇ ਭੱਜ ਰਹੇ ਨੇ, ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਹੈਗਾ, ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਤੇ ਸ਼ੈਲਰ ਚੰਗਾ ਭਲਾ ਜਿਹੜਾ ਕੰਮ ਚੱਲਦਾ ਹੈਗਾ, ਕਿਉਂਕਿ ਨਲਾਇਕ ਮੁੱਖ ਮੰਤਰੀ ਨੂੰ ਆਹੀ ਨਹੀਂ ਪਤਾ ਕਿ ਕਿਹੜੇ ਸਮੇਂ ਕੀ ਕਰਨਾ, ਕੇਜਰੀਵਾਲ ਨੂੰ ਲੈ ਕੇ ਪੰਜਾਬ ਦੇ ਉੱਤੇ ਕਰਜ਼ਾ ਚੜਾ ਕੇ 5 ਸੂਬਿਆਂ 'ਚ ਗੇੜੇ ਲਾ ਰਿਹਾ, ਥੋੜਾ ਸਮਾਂ ਪੰਜਾਬ 'ਚ ਰਹਿ ਜਾ, ਤੇ ਜਦ ਪੰਜਾਬ 'ਚ ਰਹਿਣ ਦਾ ਮੌਕਾ ਮਿਲਦਾ, ਜਦ ਸਾਰੇ ਸੂਬਿਆਂ ਤੋਂ ਵੋਟਾਂ ਨਹੀਂ ਪੈਂਦੀਆਂ, ਹੁਣ ਇੱਥੇ ਰੁਕ ਕੇ ਆਪਣੇ ਪਿਛਲੇ ਕੰਮ ਨੂੰ ਅਪਡੇਟ ਕਰਦਾ, ਹੁਣ ਆਂਧਰਾ ਪ੍ਰਦੇਸ਼ ਭੱਜ ਗਿਆ ਵਿਪਾਸਨਾ ਕਰਨ ਵਾਸਤੇ, ਤੇ ਇਹ ਸ਼ੈਲਰ ਵਾਲੇ ਕਿਹਦੇ ਕੋਲ ਜਾਣ? ਅੱਜ ਇਸ ਬੁਰਜ ਉੱਪੇ 'ਚ ਬੁਰਜ ਹਰੀ 'ਚ ਮੈਂ ਆਈ ਹਾਂ, ਇੱਕ ਸ਼ਹੀਦ ਪਰਿਵਾਰ ਜਿਹਨਾਂ ਨੂੰ ਕੇਂਦਰ ਨੇ ਸ਼ਹੀਦ ਦਾ ਦਰਜਾ ਦਿੱਤਾ, ਔਨ ਡਿਊਟੀ ਉਹਦੀ ਮੌਤ ਹੋ ਗਈ, 6 ਮਹੀਨੇ ਲੱਗ ਗਏ, ਮੁੱਖ ਮੰਤਰੀ ਨੂੰ ਵੀ ਅਰਜ਼ੀ ਦਿੱਤੀ ਹੈ, MLA ਵੀ ਆਇਆ ਜਦ ਇੱਥੇ ਸਲਾਮੀ ਦਿੱਤੀ ਸੀ, ਤੇ ਉਹਨੂੰ ਸ਼ਹੀਦ ਦਾ ਦਰਜਾ ਹੀ ਪੰਜਾਬ ਸਰਕਾਰ ਦੇ ਕੇ ਬੰਦਾ ਉਹ ਹੱਕ ਨਹੀਂ ਦੇ ਰਹੀ। ਮਤਲਬ ਸ਼ਹੀਦਾਂ ਦੇ ਨਾਲ ਵੀ ਮਜ਼ਾਕ, ਪੱਖਪਾਤ, ਕਿਹਨੂੰ ਦੇ ਦਿਓ ਕਿਹਨੂੰ ਨਹੀਂ ਦੇ ਦਿਓ, ਆਹ ਸ਼ੈਲਰ ਵਾਲੇ ਇਹ ਵਿਚਾਰੇ ਘਰ ਦਾ ਠੋਕਰਾ ਖਾ ਰਹੇ ਨੇ, ਕੱਲ੍ਹ ਵੀ ਮੇਰੇ ਕੋਲ ਆਏ ਸੀ, ਅੱਜ ਵੀ ਮੇਰੇ ਕੋਲ ਆਏ ਨੇ, ਲੇਕਿਨ ਆਪਾਂ ਬੋਲੀਏ ਕਿ ਆਂਧਰਾ ਪ੍ਰਦੇਸ਼ ਕਿਹਨੂੰ ਜੱਟ ਦੇ, ਜਿਹਨੇ ਇੱਕ ਮੌਕਾ ਮੰਗਿਆ ਸੀ ਕੇਜਰੀਵਾਲ, ਉਹਨੂੰ ਕਿੱਥੇ ਫੜੀਏ? ਉਹ ਤਾਂ 4 ਦਿਨਾਂ ਦਾ ਮਹਿਮਾਨ ਹੈ, ਜੇਲ੍ਹ ਜਾਊਗਾ, ਲੇਕਿਨ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦਾ ਕੰਮ ਤਾਂ ਨਿਬੇੜਦਾ, ਤਾਂ ਕਿ ਇਹਨਾਂ ਦਾ ਰੋਜ਼ੀ ਨਾ ਮਾਰੀ ਜਾਏ, ਉਹ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ, ਮਜ਼ਦੂਰ ਕੰਮ ਕਰਦੇ, ਉਹਨਾਂ ਦੀ ਮਜ਼ਦੂਰੀ ਨਾ ਮਾਰੀ ਜਾਏ। ਪਰ ਇਹ ਭਗਵੰਤ ਮਾਨ ਨੂੰ ਗੱਲਾਂ ਆਉਂਦੀਆਂ ਨੇ, ਇਸ਼ਤਿਹਾਰ ਵੱਡੇ 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 ਫਲੈਕਸ ਲਾਏ ਨੇ, ਇਹ ਮਸਲੇ ਕੌਣ ਹੱਲ ਕਰੂਗਾ ਜਿਹੜੇ ਲੋਕਾਂ ਦੇ ਮਸਲੇ ਨੇ? ਜਿਹੜਾ ਸੱਤਾ ਤੋਂ ਸਰਕਾਰਾਂ ਚੱਲਣੀਆਂ ਸੀ, ਮੁੱਖ ਮੰਤਰੀ ਆਮ ਆਦਮੀ ਲੋਕਾਂ ਦੇ ਵਿੱਚ ਰਹਿਣ ਵਾਲਾ, ਉਹ ਕਿੱਥੇ? ਅੱਜ ਆਮ ਆਦਮੀ ਜਾਵੇ ਕਿਹਦੇ ਕੋਲ ਜਾਵੇ? ਇਹਦਾ ਜਵਾਬ ਕੌਣ ਦਊਗਾ? ਕਾਂਗਰਸ ਪਾਰਟੀ ਦੇ ਆਮ ਆਦਮੀ ਦਾ ਦੋਗਲਾ ਚਿਹਰਾ, ਲੋਕੀ ਪਹਿਚਾਣ ਜਾਣ, ਇੱਕ ਪਾਸੇ ਆਪਣੇ ਆਪ ਨੂੰ ਵਿਰੋਧੀ ਧਿਰ ਕਹਿੰਦੇ ਨੇ, ਦੂਜੇ ਪਾਸੇ ਗਠਬੰਧਨ ਕਰੀ ਬੈਠੇ ਨੇ, ਇਹ ਲੋਕੀ ਸਮਝ ਜਾਣ ਇਹ ਝੂਠਿਆਂ ਦੀ ਰਾਜਨੀਤੀ ਕੀ ਹੈ, ਝੂਠ ਮਾਰ ਕੇ, ਫਰੇਬ ਕਰਕੇ, ਲਾਰੇ ਲਾ ਕੇ ਕੁਰਸੀ ਤਾਈਂ ਪਹੁੰਚਣ ਦੀ ਇਹਨਾਂ ਦੀ ਰਾਜਨੀਤੀ ਹੈ। ਅੱਜ ਕੇਜਰੀਵਾਲ ਤੇ ਰਾਹੁਲ ਗਾਂਧੀ ਹੱਥ ਮਲਾਈ ਬੈਠੇ ਨੇ, ਇੰਡੀਆ ਅਲਾਇੰਸ ਬਣਾਈ ਬੈਠੇ ਨੇ, ਇੱਥੇ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਰਲੇ ਮਿਲੇ ਨੇ ਸਾਰੇ, ਲੁੱਟਿਆ ਉਹਨਾਂ ਨੇ, ਲੁੱਟੇ ਰਹੇ ਨੇ, ਵਾਅਦੇ ਉਹਨਾਂ ਨੇ ਨਹੀਂ ਪੂਰੇ ਕੀਤੇ, ਵਾਅਦੇ ਆਹ ਨਹੀਂ ਪੂਰੇ ਕਰ ਰਹੇ ਨੇ। ਅੱਜ ਪੰਜਾਬ ਨੂੰ ਜਾਗਣਾ ਚਾਹੀਦਾ, ਆਪ ਦੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਦੇ ਨਾਲ ਜੁੜਨ, ਜਿਹੜੀ ਪਾਰਟੀ ਤੁਹਾਡੀ ਆਪਣੀ ਹੈ, ਜਿਹੜੇ ਨੇ ਕਦੇ ਝੂਠ ਨਹੀਂ ਮੋਲਿਆ, ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ, ਤੇ ਅੱਜ ਭਾਵੇਂ ਸਰਕਾਰ ਨਹੀਂ ਵੀ ਹੈ, ਅੱਜ ਵੀ ਦੋਨੋਂ ਸਾਨੂੰ ਹੀ ਭੰਡਦੇ ਨੇ, ਇੱਕ ਦੂਜੇ ਬਾਰੇ ਕੁਛ ਨਹੀਂ ਕਹਿੰਦੇ, ਲੇਕਿਨ ਲੋਕਾਂ ਦੇ ਵਿੱਚ ਕੌਣ ਫਿਰ ਰਿਹਾ ਹੈ? ਅੱਜ ਵੀ ਅਕਾਲੀ ਦਲ ਲੋਕਾਂ ਦੇ ਵਿੱਚ ਫਿਰ ਰਹੀ ਹੈ, ਜਿਨ੍ਹਾਂ ਦੇ ਕੋਲ ਖਜ਼ਾਨੇ, ਜਿਨ੍ਹਾਂ ਦੇ ਕੋਲ ਕੁਰਸੀਆਂ ਨੇ, ਤਾਕਤ ਹੈ, ਜਿਨ੍ਹਾਂ ਦੀ ਸਰਕਾਰ ਹੈ, ਉਹ ਲੋਕਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੇ ਨੇ, ਇਹਦੇ ਬਾਰੇ ਲੋਕੀ ਸੋਚਣ।
ਭਾਈ ਕਹਿੰਦੇ ਜੀ ਸੱਤਾਂ ਚੋਂ ਸਰਕਾਰ ਚੱਲੂਗੀ, ਸੱਤਾਂ ਵਿੱਚ ਤੁਹਾਨੂੰ ਲੋਕ ਮਿਲ ਰਹੇ ਆਪਦੇ ਦੱਸ ਰਹੇ ਨੇ, ਕਿਵੇਂ ਚੱਲੂਗਾ ਇਹ? ਨਹੀਂ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਹਾਂ, ਤੁਹਾਡੇ ਕੋਲ ਤਾਕਤ ਹੁੰਦੀ ਹੈ, ਉਹ ਵੋਟ ਦੀ ਚੋਟ ਹੁੰਦੀ ਜਿਹਦੇ ਨਾਲ ਤੁਸੀਂ ਇਹੋ ਜਿਹੀ ਸੱਟ ਮਾਰਦੇ ਹੋ ਕਿ ਤੁਸੀਂ ਉਹ ਸਰਕਾਰਾਂ ਜਾਗ ਜਾਂਦੀਆਂ ਨੇ। 1,00,000 ਕਰੋੜ ਰੁਪਏ ਦਾ ਕਰਜ਼ਾ ਕਾਂਗਰਸ ਲੋਕਾਂ ਦੇ ਉੱਤੇ ਚੜਾ ਕੇ ਲੁੱਟ ਕੇ ਖਾ ਕੇ ਤੁਰ ਗਈ, ਤੁਹਾਨੂੰ ਕੁਛ ਨੀ ਮਿਲਿਆ। 2 ਸਾਲਾਂ ਚ 60,000 ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਤੁਹਾਡੇ ਸਿਰੇ ਚਾੜਤਾ ਕੇਜਰੀਵਾਲ ਨੂੰ ਚਮਕਾਉਣ ਵਾਸਤੇ, ਅਜੇ ਹੋਰ ਪਤਾ ਨੀ ਕਿੰਨਾ ਕਰਜ਼ਾ ਲਊਗਾ। ਆਉਣਗੀਆਂ ਵੋਟਾਂ ਭਾਵੇਂ ਸਰਪੰਚੀ ਦੀਆਂ ਆਣ, ਇਹਨਾਂ ਨੂੰ ਝਾੜੂ ਮਾਰ ਕੇ ਪੂਰਾ ਸਫਾਇਆ ਇਹਨਾਂ ਦਾ ਕਰ ਦਿਓ। ਉਹਦੇ ਬਾਅਦ MP ਵੀ ਆਣ ਗਿਆ, ਤੇ ਜਿਹੜਾ ਭਗਵੰਤ ਮਾਨ 2.5 ਸਾਲ ਤੋਂ ਦਿਖਿਆ ਨੀ, ਤੁਹਾਡਾ MLA ਨੀ ਦਿਖਿਆ ਮੁੱਖ ਮੰਤਰੀ, ਉਹ ਦਿਸੂਗਾ। ਜਦ ਦਿਸੂਗਾ ਇਹਦੇ ਝੂਠ ਦੀ ਜਾਲ ਦੇ ਮੱਚ ਫਸ ਜਾਣਾ, ਹੱਥ ਬੰਨ ਕੇ ਬੇਨਤੀ ਹੈ। ਅੱਗੇ ਹੀ ਬਹੁਤ ਵੱਡੀ ਗਲਤੀ, ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ, ਬਲਕਿ ਇਹਦੇ ਝੂਠਾ ਦਾ ਇਹ ਤੋਂ ਬਦਲਾ ਲੈਣਾ, ਇਹੋ ਜਿਹੀ ਵੋਟ ਦੀ ਚੋਟ ਮਾਰਨਾ, ਇਹੋ ਜਿਹੀ ਸੱਟ ਮਾਰਨਾ ਕਿ ਸੁੱਤਾ ਹੋਇਆ ਭਗਵੰਤ ਮਾਨ ਕੇਜਰੀਵਾਲ ਜਾਗ ਜਾਣ ਤੇ ਵੀਹਾਂ 'ਚ ਆ ਜਾਣ ਤੇ ਆਪਣੇ ਕੀਤੇ ਹੋਏ ਵਾਅਦੇ ਪੂਰੇ ਕਰਨ, ਲੋਕਾਂ ਦੇ ਵਿੱਚ ਆ ਜਾਣ, ਇਕੱਲੇ ਗੱਲਾਂ 'ਚ ਨਹੀਂ ਹਕੀਕਤ 'ਚ। ਬਾਈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਸਮਝੌਤਾ ਕਰਕੇ ਲੜ ਰਹੀ ਆ, ਅਕਾਲੀ ਦਲ ਇਹਨਾਂ ਨੂੰ ਕੱਟਣ ਦੇ ਲਈ ਕਿਸੇ ਨਾਲ ਸਮਝੌਤਾ ਕਰ ਸਕਦਾ ਆਣ ਵਾਲੇ ਦਿਨਾਂ 'ਚ ਲੋਕ ਸਭਾ 'ਚ? ਦੇਖੋ ਅਕਾਲੀ ਦਲ ਸੱਤਾ ਤੇ ਰਾਜ ਵਾਸਤੇ ਨਹੀਂ, ਸੇਵਾ ਵਾਸਤੇ ਹੈ, ਤੇ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਜਿਹੜੇ ਬਾਦਲ ਸਾਹਿਬ ਵਰਗਿਆਂ ਨੇ 18 ਸਾਲ ਕੈਦਾਂ ਕੱਟੀਆਂ, ਕਿਉਂਕਿ ਕੋਈ ਕਤਲ ਜਾਂ ਗੁਨਾਹ ਨਹੀਂ ਕੀਤਾ ਸੀ, ਪੰਜਾਬ ਦੀ ਹੱਕਾਂ ਦੀ ਰਾਖੀ ਵਾਸਤੇ, ਆਪਣੀ ਪਾਣੀਆਂ ਦੀ ਰਾਖੀ, ਆਪਣੇ ਰਾਜਧਾਨੀ ਦੀ ਰਾਖੀ, ਆਪਣੇ ਪੰਜਾਬ ਦੇ ਹੱਕਾਂ ਦੀ, ਅੱਜ ਹਰੇਕ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ। ਅਕਾਲੀ ਦਲ ਉਹਦੇ ਨਾਲ ਹੀ ਸਮਝੌਤਾ ਕਰੂਗਾ ਜਿਹੜਾ ਪੰਜਾਬ ਦੇ ਹੱਕ ਉਹਨੂੰ ਦਊਗਾ। ਜਿਹੜੇ ਸਾਡੇ ਹੱਕ ਮਾਰ ਗਏ, ਸਾਨੂੰ ਕੋਈ ਸਮਝੌਤੇ ਦੀ ਲੋੜ ਨਹੀਂ, ਸਾਡਾ ਸਮਝੌਤਾ ਪੰਜਾਬ ਦੇ ਲੋਕਾਂ ਦੇ ਨਾਲ ਹੈ, ਅਸੀਂ ਦਿੱਲੀਓ ਨਹੀਂ ਚੱਲਦੇ, ਕੋਈ ਦਿੱਲੀ ਦੀ ਹਕੂਮਤ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਚਲਾ ਸਕਦੀ। ਇਹ ਤਿੰਨੋਂ ਪਾਰਟੀਆਂ ਮੈਨੂੰ ਦੱਸ ਦੇ ਜੇ ਭਗਵੰਤ ਮਾਨ ਕੇਜਰੀਵਾਲ ਦੇ ਖਿਲਾਫ ਖੜ ਸਕਦਾ ਹੈਗਾ, ਸਾਡਾ ਪਾਣੀ ਕੇਜਰੀਵਾਲ ਕਹਿੰਦਾ ਹਰਿਆਣੇ ਨੂੰ ਜਾਊਗਾ, ਦਿੱਲੀ ਨੂੰ ਜਾਊਗਾ, ਭਗਵੰਤ ਮਾਨ ਮੂੰਹ ਨਹੀਂ ਖੋਲ ਸਕਦਾ ਕਿਉਂਕਿ ਕੁਰਸੀ ਪਿਆਰੀ ਹੈ। ਅੱਜ ਕਾਂਗਰਸ ਪਾਰਟੀ ਜੋ ਕੁਛ ਤਸ਼ੱਦਦ ਕਾਂਗਰਸ ਪਾਰਟੀ ਨੇ ਕੀਤਾ, ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲੇ, ਕਤਲੇਆਮ, ਜੋ ਕੁਛ ਉਹਨਾਂ ਨੇ ਕੀਤਾ, ਕਿਸੇ ਦੀ ਜ਼ਰੂਰਤ ਹੋਈ ਕਿ ਬੋਲਦੇ ਨੇ ਗਾਂਧੀ ਪਰਿਵਾਰ ਦੇ ਖਿਲਾਫ? ਅੱਜ ਬੰਦੀ ਸਿੱਖਾਂ ਦੀ ਗੱਲ ਪੰਚਾਇਤ ਉੱਥੇ ਪਾਰਲੀਮੈਂਟ 'ਚ ਕੌਣ ਚੱਕਦਾ ਹੈ? 8 ਮੈਂਬਰ ਕਾਂਗਰਸ ਦੇ, 9 ਮੈਂਬਰ ਆਮ ਆਦਮੀ, ਕੋਈ ਬੋਲਦਾ ਹੈਗਾ? ਸਾਲੇ ਮੂਹਰ ਕੱਲਾ ਅਕਾਲੀ ਦਲ ਬੋਲਦਾ ਹੈਗਾ। ਇਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੈ, ਪੰਜਾਬ ਦੀ ਪਹਿਚਾਣ ਹੈ, ਬਾਬੇ ਨਾਨਕ ਦੀ ਤਕੜੀ ਹੈ। ਜਿੰਨਾ ਤਕੜਾ ਲੋਕੀ ਇਸ ਤਕੜੀ ਨੂੰ ਕਰਨਗੇ, ਉਹਨਾਂ ਤਕੜਾ ਹੋ ਕੇ ਪੰਜਾਬ ਦੇ ਲੋਕਾਂ ਦੀ ਅਸੀਂ ਆਵਾਜ਼ ਚੁੱਕ ਸਕਾਂਗੇ। ਇਹਨਾਂ ਧੋਖੇਬਾਜ਼ਾਂ ਤੋਂ, ਦਿੱਲੀ ਪਾਰਟੀਆਂ ਤੋਂ ਲੋਕੀ ਸੁਚੇਤ ਹੋ ਜਾਣ, ਇਹਨਾਂ ਨੇ ਪੰਜਾਬ ਨੂੰ ਛੱਡਣਾ ਨਹੀਂ ਹੈ, ਅੱਗੇ ਹੀ ਨਾਸ਼ ਕਰਤਾ, ਅੱਗੇ ਪਤਾ ਨਹੀਂ ਕੀ ਕਰਨਗੇ।